ਸਸ਼ੀਗਲ ਦੋਸਤੋ ਕੀ ਹਾਲ ਚਾਲ ਹੈ ਯਾਰ ਮੋਡੀਫਾਈਡ ਕਲੱਬ ਦੀ ਇੱਕ ਨਵੀਂ ਵੀਡੀਓ ਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਇੱਕ ਐਸੀ ਹੋਲਸੇਲ ਰੇਟਾਂ ਦੀ ਦੁਕਾਨ ਜਿੱਥੇ ਤੁਹਾਨੂੰ ਟਰੈਕਟਰ ਦਾ ਸਾਮਾਨ ਮਿਲੇਗਾ ਬਿਲਕੁਲ ਜਾਇਜ਼ ਪ੍ਰਾਈਸ ਦੇ ਉੱਪਰ ਸਲੈਂਸਰ ਮਿਊਜ਼ਿਕ ਸਿਸਟਮ ਟਾਇਰਸ ఎవਰੀਥਿੰਗ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਉੱਤੇ ਪੂਰੀਆਂ ਲਾਈਟਸ ਵੀ ਆਪਾਂ ਆਏ ਅੱਜ ਬਟਾਲਾ ਸ਼ਹਿਰ ਦੇ ਵਿੱਚ ਐਮ ਐਸ ਜੀ ਸੀ ਸਾਰੀ ਸਸ਼ੀਗਲ ਕੀ ਹਾਲ ਚਾਲ ਹੈ ਠੀਕ ਠਾਕ ਸਾਹਿਬ ਤੇ ਭਾਜੀ ਇੱਥੇ ਸਾਮਾਨ ਖੁਦ ਹੀ ਸਾਰਾ ਤੁਹਾਨੂੰ ਜਿਹੜੀ ਛਤਰੀ ਵਗੈਰਾ ਸਾਰੀ ਤਿਆਰ ਸਾਰਾ ਕੁਝ ਈਚ ਐਂਡ ఎవਰੀਥਿੰਗ ਤੁਹਾਨੂੰ ਸਾਰਾ ਇੱਥੇ ਮਿਲਣ ਵਾਲਾ ਹੈ ਜੇ ਤੁਸੀਂ ਵੀ ਆਪਣਾ ਟਰੈਕਟਰ ਤਿਆਰ ਕਰਾਉਣਾ ਚਾਹੁੰਦੇ ਹੋ ਜਾਂ ਆਪਣੇ ਸ਼ਹਿਰ ਚੋਂ ਸਮਾਨ ਉੱਥੇ ਮੰਗਾਉਣਾ ਚਾਹੁੰਦੇ ਹੋ ਤੇ ਨੰਬਰ ਨੀਚੇ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰੋ ਭਾਜੀ ਨੂੰ ਤੇ ਉੱਥੇ ਆਪਣੇ ਕੋਲ ਸਮਾਨ ਮੰਗਵਾ ਵੀ ਸਕਦੇ ਹੋ ਕੋਰੀਅਰ ਸਰਵਿਸ ਸਾਰੀ ਅਵੇਲੇਬਲ ਹੋਗੀ ਬਟ ਤੁਸੀਂ ਆਪਣੇ ਰੇਟ ਦੀ ਔਰ ਪੇਮੈਂਟ ਦੀ ਗੱਲ ਤੁਸੀਂ ਆਪਣੇ ਭਰਾ ਦੇ ਨਾਲ ਕਰ ਸਕਦੇ ਹੋ ਜਿੱਦਾਂ ਦੀ ਵੀ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਸਪਿੰਨਰ ਵੀ ਮਿਲਣ ਵਾਲੇ ਆ ਸਭ ਕੁਝ ਈਚ ਐਂਡ ఎవਰੀਥਿੰਗ ਮਿਲੇਗਾ ਭਾਜੀ ਆਪਣੇ ਕੋਲ ਤੇ ਸਭ ਤੋਂ ਪਹਿਲੇ ਤੁਹਾਨੂੰ ਮੈਂ ਸ਼ੁਰੂਆਤ ਕਰਾਂਗਾ ਸਵਰਾਜ ਇੱਥੇ ਇੱਕ ਖੜਾ ਹੈ ਤੇ ਇੱਥੇ ਖੜਾ ਕੁਝ ਭਾਈ ਵੱਲੋਂ ਕੰਮ ਹੋਏ ਨੇ ਕੁਝ ਟੈਰਾ ਦਾ ਕੰਮ ਬਾਹਰੋਂ ਹੋਇਆ ਤੁਹਾਨੂੰ ਸਾਰਾ ਦੱਸਾਂਗੇ ਕੀ ਕੀ ਤਿਆਰ ਹੋਇਆ ਤੇ ਇੱਥੇ ਕੀ ਕੀ ਸਮਾਨ ਮਿਲਦਾ ਤੁਹਾਨੂੰ ਸਾਰੀ ਡਿਟੇਲ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਆਓ ਸਟਾਰਟ ਕਰਦੇ ਹਾਂ ਅਸੀਂ ਫਰੰਟ ਸਾਈਡ ਤੋਂ ਸਵਰਾਜ 855 ਦੀ ਵੀਡੀਓ ਇਹ ਸਭ ਤੋਂ ਪਹਿਲੇ ਫਰੰਟ ਸਾਈਡ ਤੇ ਐਚਡੀ ਲਾਈਟਸ ਲਗੀਆਂ ਨੇ ਕੁਛ ਕਮ ਹੁਣ ਹੋਇਆ ਕੁਛ ਕਮ ਇਸ ਤੋਂ ਪਹਿਲਾਂ ਵੀ ਕਰ ਚੁੱਕੇ ਸੀਗੇ ਵਾਰੀ ਵਾਰੀ ਕੰਮ ਚੱਲਦਾ ਜਾ ਰਿਹਾ ਸਭ ਤੋਂ ਪਹਿਲੇ ਐਚਡੀ ਲਾਈਟਸ ਲਗੀਆਂ ਨੇ ਇਹਦੇ ਜਿਹੜੇ ਟਾਇਰ ਲੱਗੇ ਆ ਨਾ ਬੜੇ ਹੀ ਯੂਨੀਕ ਤੇ ਬੜੇ ਹੀ ਸੋਹਣੇ ਲੱਗੇ ਆ ਜਿਹੜੇ ਅੱਜ ਤੋਂ ਪਹਿਲਾਂ ਕਿਸੇ ਟਰੈਕਟਰ ਨੂੰ ਨਹੀਂ ਲੱਗੇ ਹੋਣਗੇ ਔਰ ਬਹੁਤ ਹਟਕੇ ਲੱਗੇ ਆ ਇਹਦੇ ਟਾਇਰ ਦੀ ਸਾਈਜ਼ ਦੀ ਗੱਲ ਮੈਂ ਕਰਾਂ ਤੇ ਤੁਹਾਨੂੰ ਮਿਲਣ ਵਾਲਾ ਜੀ 12.5 80 15.3 ਕੁਛ ਅਲੱਗ ਸਾਈਜ਼ ਹੈ ਕੁਛ ਅਲੱਗ ਡਿਜ਼ਾਈਨ ਹੈ ਕਿੱਦਾਂ ਦਾ ਲੱਗ ਰਿਹਾ ਸਵਰਾਜ 855 ਨੂੰ ਤੁਸੀਂ ਕਮੈਂਟ ਕਰਕੇ ਜਰ ਪੂਰੀ ਡਿਟੇਲ ਅੰਦਰ ਵੀ ਤੁਹਾਨੂੰ ਮੈਂ ਦੇਣ ਜਾ ਰਿਹਾ ਕਿ ਭਾੜੀ ਕੋਲ ਕੀ ਕੀ ਸਮਾਨ ਮਿਲਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਜੀ ਨੇ ਜਿਹੜੇ ਸਬੂਫਰ ਇੱਥੇ ਫਿਟ ਕੀਤੇ ਆ 2 2 4 2 6 6 ਸਬੂਫਰ ਹੈ 4 ਲੱਗੇ ਨੇ ਇੱਥੇ ਰਾਉਂਡ ਸਪੀਕਰਸ 2 ਟਵੀਟਰ ਲੱਗੇ ਆ ਤੇ ਭਾਜੀ ਇਹਨੂੰ ਜਿਹੜੇ ਐਮਪੀ ਯੂਜ਼ ਕੀਤੇ ਗਏ ਆ ਉਹ ਕਿਹੜੇ ਕਿਹੜੇ ਕੀਤੇ ਆ ਇੱਕ ਐਸੈਂਡ ਵੀ ਦਾ ਐਂਪ ਲੱਗਾ ਜੇ ਇੱਕ ਲੱਗਾ ਸਾਊਂਡ ਟੱਕ ਦਾ ਜੀ ਇੱਕ ਸਾਊਂਡ ਟੱਕ ਦਾ ਤੇ ਜੇ ਤੁਸੀਂ ਕੰਪਨੀ ਦੇ ਹੀ ਸਾਰਾ ਕੰਮ ਕਰਾਉਣਾ ਚਾਹੁੰਦੇ ਹੋ ਤੇ ਉਹ ਵੀ ਸਾਰਾ ਸਮਾਨ ਅਵੇਲੇਬਲ ਹੁੰਦਾ ਕਿਕਰ ਪਾਇਨੀਅਰ ਜੇਬੀਐਲ ਜੋ ਵੀ ਤੁਸੀਂ ਚਾਹੁੰਦੇ ਹੋ ਸਾਰਾ ਉਹ ਵੀ ਮਿਲੇਗਾ ਔਰ ਜੇ ਭਾਜੀ ਦੇ ਖੁਦ ਦੇ ਅਸੈਂਬਲ ਕੀਤੇ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਮਿਲੇਗਾ ਤੇ ਐਂਪ ਜਿਹੜੇ ਨੇ ਉਹ ਵੀ ਭਾਜੀ ਦੇ ਖੁਦ ਦੇ ਤੁਹਾਨੂੰ ਮਿਲ ਜਾਣਗੇ ਤੇ ਪੇਟੀ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਕੰਮ ਹਜੇ ਚੱਲ ਰਿਹਾ ਸੀ ਕੰਪਲੀਟ ਨਹੀਂ ਸੀ ਹੋਇਆ ਬਟ ਮੈਨੂੰ ਸਿਗਾ ਕਿ ਟਰੈਕਟਰ ਅੰਦਰ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਟਰੈਕਟਰ ਦੀ ਵੀਡੀਓ ਆਓ ਮੇਰੇ ਨਾਲ ਆਓ ਤੁਹਾਨੂੰ ਮੈਂ ਸਾਰੀ ਡਿਟੇਲ ਦਿਖਾਣਾ ਬਹੁਤ ਜ਼ਬਰਦਸਤ ਵਾਲਾ ਟਰੈਕਟਰ ਤਿਆਰ ਕੀਤਾ ਭਾਜੀ ਨੇ ਇਹ ਵੀ ਤੇ ਅੱਗੋਂ ਜਿਹੜੇ ਆ ਦੇਖੋ ਜੀ ਪਹਿਲੇ ਸਾਰੇ ਸਾਊਂਡ ਸਿਸਟਮ ਦੇਖੋ ਤੁਸੀਂ ਇਹ ਸਾਰੇ ਸਾਊਂਡ ਸਿਸਟਮ ਇਸ ਸਾਈਡ ਤੇ ਪਏ ਨੇ ਜਿਹੜੇ ਭਾਜੀ ਦੇ ਅਸੈਂਬਲ ਕੀਤੇ ਹੋਏ ਜਿਹੜੇ ਖੁਦ ਭਾਜੀ ਦੋ ਪੇਟੀਆਂ ਦੋ ਵਾਲਾ ਦੋ ਵਾਲੀ ਪੇਟੀ ਲਵਾਉਣਾ ਚਾਹੁੰਦੇ ਹੋ ਚਾਰ ਵਾਲੀ ਜਾਂ ਅੱਠ ਵਾਲੀ ਜਿਹੜੀ ਵੀ ਲਵਾਉਣਾ ਚਾਹੁੰਦੇ ਸਾਰੀ ਮਿਲ ਜੂਗੀ 12 ਇੰਚੀ ਸਬੂਫਰ 16 ਇੰਚੀ ਸਬੂਫਰ 18 ਇੰਚੀ ਸਬੂਫਰ ਭਾਜੀ ਇੱਕ ਆਈਡੀਆ ਦਿਓ ਜੇ ਦੋ ਵਾਲੀ ਪੇਟੀ ਸਾਡੇ ਦੋਸਤਾਂ ਨਾਲ ਜਿੱਦਾ ਦੋ ਵਾਲ ਇਹ ਭਾਜੀ ਇਨਕਲੂਡਿੰਗ ਐਮ ਪੰਪ ਇਹ ਉਹ ਕਿੰਨੇ ਕੁ ਦੀ ਬਣ ਜਾਂਦੀ ਹੈ 15000 15500 ਤੇ ਐਮ ਪੰਪ ਸਾਰਾ ਕੁਝ ਪਾ ਕੇ ਹਾਂਜੀ 12 ਇੰਚ ਜਿਹੜੀ ਹੈ 14500 14 ਭਾਜੀ ਇਹਦੇ ਬਾਰੇ ਜਾਣਕਾਰੀ ਦਿਓ ਐਂਪਲੀਫਾਇਰ ਬਾਰੇ ਸਾਡੇ ਐਂਪ ਆਪਣੇ ਅਸੈਂਬਲ ਬੇਸਾਂ ਤੇ ਐਂਪ ਜਿਹੜੇ ਸਾਡੇ ਆਪਣੇ ਅਸੈਂਬਲ ਹੁੰਦੇ ਜੀ ਇਦੇ ਵਿੱਚ 6 ਮਹੀਨੇ ਮਹੀਨੇ ਦੀ ਆਪਾਂ ਗਾਰੰਟੀ ਦੇਈ ਦੀ ਆ ਕਸਟਮਰ ਨੂੰ 6 ਮਹੀਨੇ ਦੀ ਗਾਰੰਟੀ ਤੇ ਜੇ ਭਾਈ ਮੈਂ ਗੱਲ ਕਰ ਰਿਹਾ ਨਾ ਦੇਸੀ ਐਮਪੀ ਜਿਹੜੇ ਕਈ ਆਂਦੇ ਨੇ ਸ਼ਿਕਾਗੋ ਮੋਬਾਈਲ ਆਡੀਓ ਇਹ ਉਹਨਾਂ ਦੀ ਗਾਰੰਟੀ ਸ਼ਾਇਰ ਕੰਪਨੀਆਂ ਲੋ ਪਿੱਛੋਂ ਨਹੀਂ ਵੀ ਆਂਦੀ ਹਾਂਜੀ ਬਟ ਆਪਾਂ ਇੱਥੇ ਗਾਰੰਟੀ ਜਿਹੜੀ ਖੁਦ ਅਸੈਂਬਲ ਕਰਦੇ ਉਹਨਾਂ ਦੀ ਗਾਰੰਟੀ ਦਿੱਤੀ ਵੀ ਜਾਂਦੀ ਹੈ ਬਾਕੀ ਤੁਸੀਂ ਰੋਗ ਫੋਰਡ ਜਾਂ ਉਹਦੇ ਵਿੱਚ ਜਾਓ ਤੇ ਉਹਨਾਂ ਦਾ ਬਜਟ ਜਿਹੜਾ ਵਾ ਬਹੁਤ ਹੈਵੀ ਹੋ ਜਾਂਦਾ ਬਹੁਤ ਜ਼ਿਆਦਾ ਹੋ ਜਾਂਦਾ ਜੇ ਤੁਸੀਂ ਜਾਇਜ਼ ਬਜਟ ਦੇ ਵਿੱਚ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ ਭਾਈ ਦਾ ਅਸੈਂਬਲ ਕੀਤਾ ਸਮਾਨ ਲਵਾ ਸਕਦੇ ਹੋ ਤੇ ਮੇਰਾ ਫਰਜ਼ ਸਿਰਫ ਇੰਨਾ ਐਕਸੈਸਰੀ ਬਾਰੇ ਇੱਧਰ ਗੱਲ ਕਰਨਾ ਚਾਹੂਗਾ ਜਿਹਦੇ ਚ ਤੁਸੀਂ ਦੇਖ ਸਕਦੇ ਹੋ ਸਟੇering ਦੀ ਵੈਰਾਈਟੀ ਸਪਿੰਨਰ ਦੀ ਵੈਰਾਈਟੀ ਸਲੈਂਸਰ ਦੀ ਵੈਰਾਈਟੀ ਭਾਜੀ ਜੇ ਮੈਂ ਕ੍ਰੋਮ ਦੇ ਸਲੈਂਸਰ ਦੀ ਗੱਲ ਕਰਾਂ ਜਿੱਦਾਂ ਇਹ ਪੀਟਰ ਬੈਲਟ ਵਾਲਾ ਬਹੁਤ ਚੱਲਦਾ ਹੈ ਅੱਜਕੱਲ ਇਹ ਕੀ ਕਿੰਨੇ ਕ ਦਾ ਪੈ ਜਾਂਦਾ ਜੀ 16-1700 ਰੁਪਏ ਦੇ ਵਿੱਚ ਆ ਜਾਂਦਾ ਇਹ ਵਾਲਾ ਜਿਹੜਾ ਐਗਜ਼ੌਸਟ ਹੈ 16-1700 ਰੁਪਏ ਦਾ ਤੇ ਯਾਰ ਤੁਹਾਨੂੰ ਜਿੱਥੇ ਵੀ ਨਾ ਇਸ ਰੇਟ ਤੇ ਕਿਤੇ ਚੀਜ਼ ਨਹੀਂ ਮਿਲਣ ਵਾਲੀ ਇਹ 16-1700 ਰੁਪਏ ਦੇ ਵਿੱਚ ਤੁਸੀਂ ਪਾਈਪ ਦੇਖ ਸਕਦੇ ਹੋ ਡਬਲ ਵਾਲੀ ਹੈ ਤੇ 16-1700 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਇਹ ਐਗਜ਼ ਪਰ ਇਹ ਮਤਲਬ ਇਹ ਮੈਂ ਗੱਲ ਕਰ ਰਹਾ ਹੌਲੈਂਡ ਵਾਲਾ ਹੌਲੈਂਡ ਵਾਲਾ ਪਰ ਇਹ ਕਿੰਨੇ ਦਾ ਇਹ 1500 ਦਾ ਇਹ ਵਾਲਾ ਜਿਹੜਾ ਹੈ ਇਹ 15500 ਰੁਪਏ ਦਾ ਤੇ ਮਤਲਬ 15 15 16 1600 ਰੁਪਏ ਦਾ ਤੁਹਾਨੂੰ ਤਿੰਨ ਤਿੰਨ ਹਜ਼ਾਰ ਤੋਂ ਘੱਟ ਮਾਰਕੀਟ ਚੋਂ ਨਹੀਂ ਮਿਲਣਗੇ ਮੈਂ ਗਰੰਟੀ ਲੈਂਦਾ ਤੇ ਬਹੁਤ ਜਾਇਜ਼ ਰੇਟ ਤੇ ਤੁਹਾਨੂੰ ਐਮਐਸਜੀਸੀ ਦੇ ਸਲੈਂਸਰ ਤੇ ਐਗਜ਼ੌਸਟ ਮਿਲ ਰਹੇ ਨੇ ਪਰ ਜੇ ਮੈਂ ਸਪਿੰਨਰ ਦੀ ਗੱਲ ਕਰਾਂ ਤੇ ਇਹ ਕਿੰਨੇ ਕੁ ਤਿਆਰ ਹੋ ਜਾਂਦੇ ਆ 9500 ਦੀ ਜੋੜੀ ਪੈ ਜਾਂਦੀ ਸਾਰੇ ਇਹਦੇ ਵਾਲੇ ਜੀ ਇਹ ਜੋੜੀ ਮਤਲਬ ਪਿਛਲੀ ਦੋ 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 ਪੇਅਰ ਦੋ ਪੇਅਰ ਇੱਕ ਪੇਅਰ ਮਤਲਬ ਪਿਛਲੇ ਪਿਛ ਪਛਲੇ ਚ ਕੇਲੀ 9000 ਰੁਪਏ ਦੇ ਸਪੀਨਰ ਤੇ ਤੁਸੀਂ ਆਪਣੇ ਹਿਸਾਬ ਨਾਲ ਹਾਂਜੀ ਇਹ ਵਾਲਾ 6000 ਇਹ 6000 ਰੁਪਏ ਦੇ ਇਹ ਦੇਖ ਸਕਦੇ ਹੋ ਤੁਸੀਂ ਇਹ 6000 ਰੁਪਏ ਦੇ ਤੇ ਸਟੀering ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਲਗਵਾ ਸਕਦੇ ਹੋ ਤੇ ਥੋੜਾ ਜਿਹਾ ਮੈਂ ਅੱਗੇ ਚੱਲਦਾ ਵਾਂ ਤੇ ਅਗਲੇ ਵਾਲੇ ਪਾਸੇ ਆਣਾ ਤੇ ਤੁਸੀਂ ਦੇਖ ਸਕਦੇ ਹੋ ਫਾਈਬਰ ਹੁੱਡ ਫਾਈਬਰ ਹੁੱਡ ਦੀ ਬੇਸ਼ੁਮਾਰ ਵੈਰਾਈਟੀ ਇੱਥੇ ਪਈ ਹੈ ਇਹ ਤਾਂ ਸਿਰਫ ਅਜੇ ਕੁਝ ਸੈਂਪਲ ਪਏ ਨੇ ਮੈਂ ਉੱਪਰ ਵੀ ਤੁਹਾਨੂੰ ਇੱਕ ਸ਼ਾਰਟ ਜ਼ਰੂਰ ਇੱਥੇ ਤੁਸੀਂ ਦੇਖਣੋਂ ਤੁਹਾਨੂੰ ਮਿਲ ਰਿਹਾ ਹੋਏਗਾ ਕਿ ਜ਼ਬਰਦਸਤ ਭਰਿਆ ਪਿਆ ਫਾਈਬਰ ਹੂਡਸ ਦੇ ਨਾਲ ਤੇ ਇਹਦੇ ਉੱਤੇ ਜਿਹੜੀ ਡਾਊਨਸੇਲਿੰਗ ਕੀਤੀ ਜਾਂਦੀ ਉਹ ਵੀ ਸਾਰੀ ਸਾਡੇ ਭਾਈ ਵੱਲੋਂ ਕਰਕੇ ਦਿੱਤੀ ਜਾਂਦੀ ਹੈ ਠੀਕ ਹੈ ਨਾ ਭਾਈ ਭਾਈ ਜੇ ਮੈਂ ਡਾਊਨਸੇਲਿੰਗ ਦੀ ਗੱਲ ਕਰਾਂ ਕਿੱਥੋਂ ਲੈ ਕੇ ਕਿੱਥੇ ਤੱਕ 8000 ਰੁਪਏ ਤੋਂ ਸ਼ੁਰੂ ਹੋ ਜਾਂਦੀ ਜੀ ਡਾਊਨਸੇਲਿੰਗ ਡਾਊਨਸੇਲਿੰਗ ਕੱਲੀ ਇਹ ਫਾਈਬਰ ਹੂਡ ਦਾ ਰੇਟ ਨਹੀਂ ਹੈ ਭਾਈ ਫਾਈਬਰ ਹੂਡ ਦੀ ਗੱਲ ਕਰਾਂ ਤੇ ਉਹ ਐਕਸੈਕਟ ਫਾਈਬਰ ਹੂਡ ਜਿਹੜੀ ਆ 9500 ਤੋਂ ਸ਼ੁਰੂ ਹੋ ਜਾਂਦੀ ਹੈ 9500 ਰੁਪਏ ਤੋਂ ਫਾਈਬਰ ਹੂਡ ਤੇ ਯਾਰ ਇਸ ਤੋਂ ਸਸਤਾ ਤੁਹਾਨੂੰ ਸਮਾਨ ਹੋਰ ਕੀ ਮਿਲੂਗਾ ਤੇ ਇਸ ਤੋਂ ਬਾਅਦ ਅੱਗੇ ਆਨੇ ਆ ਤੇ ਤੁਹਾਨੂੰ ਜਿਹੜੇ ਐਂਪੀ ਗੱਲ ਕਰ ਰਹੇ ਸੀ ਆਪਾਂ ਐਂਪਾਇਰ ਦੇਖੋ ਜੀ ਸੈਂਬਲਡ ਕੀਤੇ ਐਂਪ ਨੇ ਐਮ ਐਸ ਜੀ ਸੀ ਦਾ ਨੰਬਰ ਨੀਚੇ ਫਲੈਸ਼ ਹੋ ਰਿਹਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਿੰਨਾ ਧਮਾਕਾ ਤੁਹਾਨੂੰ ਚਾਹੀਦਾ ਉਸ ਹਿਸਾਬ ਨਾਲ ਖੁਦ ਸੈਂਬਲਡ ਕਰਕੇ ਭਾਜੀ ਤੁਹਾਨੂੰ ਸਾਰਾ ਸਮਾਨ ਦੇਣਗੇ ਤੇ ਸਾਰਾ ਆਪ ਦਾ ਸੈਂਬਲਡ ਕੀਤਾ ਸਮਾਨ ਹੈ ਇਸ ਚੀਜ਼ ਚ ਗਾਰੰਟੀ ਦਿੱਤੀ ਜਾਂਦੀ ਹੈ ਕਿ ਵਧੀਆ ਸਮਾਨ ਹੀ ਯੂਜ਼ ਕੀਤਾ ਗਿਆ ਹੈ ਜਿਹੜੇ ਕੰਪਨੀ ਵੱਲੋਂ ਪੈਕ ਆ ਕੇ ਪੈਕ ਹੋ ਕੇ ਆਏ ਉਹਨਾਂ ਦਾ ਪਤਾ ਨਹੀਂ ਕੀ ਲੱਗਾ ਕੀ ਨਹੀਂ ਲੱਗਾ ਬਟ ਇਹਦੇ ਚ ਗਾਰੰਟੀ ਹੈ ਕਿਉਂ ਭਾਜੀ ਬਿਲਕੁ ਤੇ ਆ ਦੇਖੋ ਜੀ ਆ 15 ਇੰਚ ਵਾਲੇ ਸਬੂਫਰ ਹੈ ਕਿੰਨੀ ਵੈਰਾਈਟੀ ਇੱਥੇ ਪਈ ਆ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਨਾ ਪਾਇਨੀਅਰ ਬਲੋ ਪੰਗ ਕੈਨਵੁੱਡ ਕਿਕਰ ਬਹੁਤ ਕੁਝ ਇੱਥੇ ਸਭ ਕੁਝ ਤੁਹਾਨੂੰ ਢੇਰ ਸਾਰਾ ਸਮਾਨ ਇੱਥੇ ਮਿਲਣ ਵਾਲਾ ਤੇ ਜਿੰਨੀ ਤੁਸੀਂ ਵੈਰਾਈਟੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤੇ ਭਾਜੀ ਇਸ ਤੋਂ ਬਾਅਦ ਮੈਂ ਗੱਲ ਕਰਾਂ ਇਹ ਤੁਸੀਂ ਅਭੀ ਇੱਥੇ ਦੇਖ ਸਕਦੇ ਹੋ ਪ੍ਰੈਸ਼ਰ ਹੌਨ ਹਾਂਜੀ ਮਤਲਬ ਤੁਹਾਨੂੰ ਟਰੈਕਟਰ ਨੂੰ ਕੋਈ ਵੀ ਇੱਕ ਸੂਈ ਵੀ ਲਗਣੀ ਹੈ ਨਾ ਤਾਂ ਸਭ ਕੁਝ ਇੱਥੇ ਅਵੇਲੇਬਲ ਹੈ ਇੱਥੇ ਤੁਹਾਨੂੰ ਸਭ ਕੁਝ ਅੰਡਰ ਵਨ ਰੂਫ ਮਿਲ ਜਾਣਾ ਭਾਜੀ ਮੈਂ ਅੱਗੇ ਗੱਲ ਕਰਾਂ ਲਾਈਟਾਂ ਵੀ ਬ ਇਹ 550 ਦਾ ਇੱਕ ਲਾਈਟ ਮੈਂ ਇੱਕ ਲਾਈਟ 550 ਰੁਪਏ ਦੀ ਤੇ ਮਤਲਬ 5 5 6 600 ਰੁਪਏ ਤੇ 11500 ਰੁਪਏ ਵਿੱਚ ਤੁਹਾਨੂੰ ਸਮਾਨ ਮਿਲ ਰਿਹਾ ਟਰੈਕਟਰ ਦਾ ਤਿਆਰ ਲਈ ਬਿਲਕੁਲ ਤਿਆਰ ਹੈ ਜੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਦੀ ਸਾਰੀ ਐਕਸੈਸਰੀ ਲਾਜਵਾਬ ਤਰੀਕੇ ਦੇ ਨਾਲ ਫੌਰਨ ਮਿਲ ਸਕਦੇ ਨੇ ਹੂਟਰ ਮਿਲ ਸਕਦੇ ਨੇ ਸਾਰਾ ਕੁਝ ਜੋ ਤੁਸੀਂ ਲਵਾਉਣਾ ਚਾਹੁੰਦੇ ਹੋ ਆਪਣੇ ਟਰੈਕਟਰਾਂ ਨੂੰ ਭਾਜੀ A to Z ਸਾਰਾ ਸਮਾਨ A to Z ਮਿਲ ਜਾਏਗਾ ਤੇ ਭਾਈ ਜੇ ਮੈਂ ਗੱਲ ਕਰਾਂ ਆਪਾਂ ਜਿਹੜੇ ਟਰੈਕਟਰਾਂ ਦੇ ਰਿਮ ਰੂਮ ਹੁੰਦੇ ਨੇ ਉਹ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਜੀ ਬਿਲਕੁਲ ਕਰਾ ਦੀ ਪਰ ਐਸ ਪਰ ਕਸਟਮਰ ਡਿਮਾਂਡ ਹੈ ਜੀ ਐਸ ਪਰ ਕਸਟਮਰ ਡਿਮਾਂਡ ਮਤਲਬ ਤੁਹਾਡੇ ਆਰਡਰ ਦੇ ਉੱਤੇ ਮਤਲਬ ਜੇ ਬੰਦਾ ਕੋਈ ਟਰੈਕਟਰ ਦਾ ਸਾਰਾ ਤਿਆਰ ਕਰਾਣਾ ਚਾਹੁੰਦਾ ਰੀਸਟੋਰ ਕਰਾਣਾ ਚਾਹੁੰਦਾ ਤੁਹਾਡੇ ਕੋਲ ਆ ਕੇ ਖੜਾ ਕਰਾ ਦਵੇ ਤੁਸੀਂ ਸਾਰਾ ਕੰਮ ਕਰਾ ਦਿਓਗੇ ਬਿਲਕੁਲ ਹੋ ਜਾਏਗਾ ਜੀ ਤੇ ਇਸ ਤੋਂ ਬਾਅਦ ਮੈਂ ਲਾਈਟਾਂ ਬਾਰੇ ਗੱਲ ਕਰਾਂ ਬਾਹਰ ਲਾਈਟਾਂ ਬਾਰੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਉਹ ਤੁਹਾਨੂੰ ਮੈਂ ਲੈ ਕੇ ਚੱਲਦਾ ਕਿ ਲਾਈਟਸ ਕਿਹੜੀਆਂ-ਕਿਹ A to Z ਇੰਡੀਕੇਟਰਸ ਫੈਂਸੀ ਲਾਈਟ ਬਹੁਤ ਕੁਝ ਤੁਹਾਨੂੰ ਇੱਥੇ ਮਿਲਣ ਵਾਲਾ ਸਾਰੀ ਦੀ ਸਾਰੀ ਵੈਰਾਈਟੀ ਤੁਸੀਂ ਚੈੱਕ ਕਰ ਸਕਦੇ ਹੋ ਜ਼ਬਰਦਸਤ ਹੈ ਤੇ ਭਾਈ ਯਾਰ ਮੈਂ ਗੱਲ ਕਰਾਂ ਕਿ ਜਿਹੜੀ ਬਾਰ ਲਾਈਟ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਇੱਕ ਹੀ ਰੇਂਜ ਤੋਂ ਕਿਹੜੀ ਰੇਂਜ ਤੱਕ ਚਲੀ ਜਾਂਦੀ ਹੈ ਬਾਰ ਲਾਈਟ ਜਿਹੜੀ ਆ 450 ਰੁਪਏ ਤੋਂ ਲੈ ਕੇ 13-1400 ਰੁਪਏ ਤੱਕ ਜਾਂਦੀ ਜੀ ਭਾਈ 450 ਰੁਪਏ ਤੋਂ ਬਾਰ ਲਾਈਟ ਸਟਾਰਟ ਕਿਤੇ ਸੁਣਿਆ ਤੁਸੀਂ ਜੇ ਨਹੀਂ ਸੁਣਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਉਹ ਸਾਰੀ ਦੀ ਸਾਰੀ ਵੈਰਾਈਟੀ ਤੁਹਾਡੇ ਲਈ ਪੇਸ਼ਕਸ਼ ਹੈ। ਮਤਲਬ ਜ਼ਬਰਦਸਤ ਹੈ ਯਾਰ ਹੁਣ ਸਾਊਂਡ ਸਿਸਟਮ ਦੀ ਗੱਲ ਕਰਤੀ ਤੁਹਾਡੇ ਨਾਲ ਕਿ ਦੇਸੀ ਲਵਾਉਣਾ ਚਾਹੁੰਦੇ ਹੋ ਤੇ ਆ ਪਿਆ ਸਾਰਾ। ਤੁਸੀਂ ਇਹ ਲਵਾ ਸਕਦੇ ਹੋ ਉਹਨਾਂ ਚੋਂ ਕੋਈ ਵੀ ਜਾਂ ਲਾਈਟਾਂ ਲਵਾਉਣਾ ਚਾਹੁੰਦੇ ਹੋ ਤੇ ਉਹ ਪਈਆਂ ਨੇ, ਫਾਈਬਰ ਹੂਡ ਲਵਾਉਣਾ ਚਾਹੁੰਦੇ ਹੋ ਤੇ ਉਹ ਪਈਆਂ ਨੇ। ਆਪਾਂ ਅੰਦਰਲੇ ਪਾਸੇ ਜਾ ਕੇ ਹੋਰ ਵੀ ਜਿੰਨੀ ਜਿੰਨੀ ਤੱਕ ਮੈਂ ਅੰਦਰ ਤੱਕ ਨਜ਼ਰ ਮਾਰ ਰਿਹਾ ਨਾ ਇੱਕ ਨਵੀਂ ਤੋਂ ਨਵੀਂ ਚੀਜ਼ ਮੈਨੂੰ ਦੇਖਣ ਨੂੰ ਮਿਲ ਰਹੀ ਹੈ। ਤੇ ਨਵੀਂ ਤੋਂ ਨਵੀਂ ਐਸੈਸਰੀ। ਆਹ ਦੇਖ ਸਕਦੇ ਇਹ ਸਭ ਤੁਹਾਡੇ ਡਾਇਰੈਕਟਰਾਂ ਵਾਸਤੇ ਆ ਦੋ ਪੇਟੀ ਦੋ ਦੋ ਬੂਫਰ ਵਾਲੀ ਪੇਟੀ ਚਾਹੀਦੀ ਚਾਰ ਵਾਲੀ ਚਾਹੀਦੀ ਅੱਠ ਵਾਲੀ ਚਾਹੀਦੀ 10 ਵਾਲੀ ਚਾਹੀਦੀ ਕਿੰਨੇ ਵਾਲੀ ਚਾਹੀਦੀ ਇੱਥੇ ਸਾਰਾ ਧਮਾਕਾ ਪਿਆ ਤੁਸੀਂ ਜਿੰਨਾ ਵੀ ਤਿਆਰ ਕਰਾਣਾ ਚਾਹੁੰਦੇ ਉੱਥੇ ਸਭ ਕਰਾ ਸਕਦੇ ਹੋ ਤੇ ਚੈੱਕ ਕਰੋ ਇਹ ਹਜੇ ਤੱਕ ਇੱਥੇ ਸਮਾਨ ਖਤਮ ਨਹੀਂ ਹੁੰਦਾ ਤੇ ਇਧਰ ਭਾਜੀ ਬਾਰ ਲਾਈਟਸ ਇਹ ਸਾਰੀਆਂ ਬਾਰ ਲਾਈਟਸ ਪੈਕ ਨੇ ਤੁਹਾਡੇ ਲਈ ਮਤਲਬ ਮੈਂ ਇੱਕ ਹੋਲ ਸੇਲ ਦੁਕਾਨ ਦੇ ਉੱਤੇ ਤੁਹਾਨੂੰ ਲੈ ਕੇ ਆ ਚੁੱਕਾ ਹਾਂ ਤੁਹਾਡਾ ਕੰਮ ਹੈ ਸਿਰਫ ਪਿਆਰ ਦੇਣਾ ਇਹ ਦੇਖੋ ਇੱਕ ਭਾਜੀ ਨੇ ਡਾਊਨ ਸਿਲਿੰਗ ਤਿਆਰ ਕੀਤੀ ਹੈ ਵੁੱਡਨ ਚ ਤਿਆਰ ਕੀਤੀ ਹੋਈ ਹੈ ਇਹ ਆਪ ਦੀ ਖੁਦ ਦੇ ਟਰੈਕਟਰ ਦੀ ਤਿਆਰ ਹੈ ਐਮ ਐਸ ਜੀ ਸੀ ਤੁਸੀਂ ਲਾਸਟ ਟਾਈਮ ਵੀਡੀਓ ਵੀ ਦੇਖੀ ਹੋਏਗੀ ਤੇ ਜ਼ਬਰਦਸਤ ਪਿਆਰ ਦਿਓ ਭਾਜੀ ਦੀਆਂ ਇੰਸਟਾਗ੍ਰam ਆਈਡਿਸ ਪੜ ਲਓ ਦੋਨੋਂ ਇਹ ਥੋੜਾ ਕਲੋਜ਼ ਅਪ ਦਿਓ ਤੇ ਇਹ ਦੋਨੋਂ ਇੰਸਟਾਗ੍ਰam ਆਈਡੀਆਂ ਆਪਣੀਆਂ ਭਾਜੀ ਤੇ ਇਹਨਾਂ ਨੂੰ ਫੋਲੋ ਕਰਨਾ ਨਾ ਭੁੱਲੀਓ ਇਹ ਚੈੱਕ ਕਰ ਲਓ ਦੋਨਾਂ ਨੂੰ ਜਾ ਕੇ ਫੋਲੋ ਕਰੋ ਰੱਜ ਕੇ ਪਿਆਰ ਦਿਓ ਭਾਜੀ ਨੂੰ ਪਤਾ ਲੱਗੇ ਕਿ ਮੋਡੀਫਾਈਡ ਕਲੱਬ ਤੋਂ ਭਾਜੀ ਨੂੰ ਕੋਈ ਫੋਨ ਆ ਰਿਹਾ ਕੋਈ ਇਨਕੁਆਰੀ ਆ ਰਹੀ ਹੈ ਤੁਹਾਡੇ ਪਿਆਰ ਦੀ ਉਮੀਦ ਰੂਗੀ ਭਾਜੀ ਕੋਈ ਹੋਰ ਪਾਰਟ ਆਪਾਂ ਤੁਹਾਡੇ ਥਰੂ ਜੇ ਕੋਈ ਆਏਗਾ ਉਹਨੂੰ ਸਪੈਸ਼ਲ ਡਿਸਕ ਤੇ ਇਹ ਵੀ ਆਫਰ ਭਾਜੀ ਵੱਲੋਂ ਤੁਹਾਨੂੰ ਜਰੂਰ ਦਿੱਤੀ ਜਾਊਗੀ ਜੋ ਵੀ ਰੇਟ ਤੁਹਾਨੂੰ ਦੱਸਿਆ ਗਿਆ ਇਹਨਾਂ ਵਿੱਚੋਂ 20 ਲੈਸ ਮਿਲੇਗੀ ਲੈਸ ਤੋਂ ਲੈਸ ਹੋਰ ਕੀ ਚਾਹੀਦਾ ਯਾਰ ਤੇ ਮਾਰਕੀਟ ਚੋਰ ਬਿਦਾਰੀ ਤੋਂ ਬਚੋ ਪਿਆਰ ਦਿਓ ਵੀਡੀਓ ਲੈ ਕੇ ਆਂਦੇ ਰਵਾਂਗੇ ਤੁਹਾਡੇ ਲਈ ਵਕਤ ਤੋਂ ਵੱਧ ਤੇ ਐਡਰੈਸ ਭਾਜੀ ਇੱਕ ਵਾਰੀ ਤੇ ਆਪਣਾ ਫੋਨ ਨੰਬਰ ਇੱਕ ਵਾਰੀ ਦੱਸ ਦਿਓ ਸਾਰੇ ਉਮਰਪੁਰਾ ਬਟਾਲਾ ਉਮਰਪੁਰੇ ਤੋਂ ਬਾਈਪਾਸ ਨੂੰ ਰੋਡ ਜਾਂਦਾ ਕਲਤਾਰ ਵਿਲੇ ਦੇ ਲਾਗੇ ਆਪਾਂ ਹੁੰਦੇ ਜੀ ਇਸ ਟਾਈਮ ਤੇ ਆਪਣਾ ਫੋਨ ਨੰਬਰ ਦੱਸ ਦਿਓ ਭਾਜੀ 9877821394 एमजीसी इलेक्ट्रिकल ਨਾਂ ਦੀ ਫੇਸਬੁੱਕ ਆਈਡੀ ਹੈ ਐਮਜੀਸੀ ਇਲੈਕਟ੍ਰੀਕਲ ਇੰਸਟਾਗ੍ਰam ਹੈ YouTube ਵੀ ਚੈਨਲ ਇਸੇ ਨਾਂ ਦੇ ਜੀ ਤੇ ਐਸੀ ਨਾਮ ਦੇ YouTube ਚੈਨਲ ਹੈ Instagram ਆਈਡੀ ਹੈ ਤੇ Facebook ਹਾਂਜੀ ਜੀ ਤੁਸੀਂ ਤਿੰਨਾਂ ਜਗ੍ਹਾ ਜਾ ਕੇ ਫੋਲੋ ਕਰ ਸਕਦੇ ਹੋ ਭਾਜੀ ਨੂੰ ਕਾਲ ਕਰਕੇ ਆਪਣਾ ਟਰੈਕਟਰ ਇੱਥੋਂ ਲੈ ਆ ਕੇ ਤਿਆਰ ਕਰਾ ਸਕਦੇ ਹੋ ਨਹੀਂ ਆਉਣਾ ਚਾਹੁੰਦੇ ਆਪਣੇ ਕੋਲ ਕੁਝ ਸਮਾਨ ਮੰਗਾਨਾ ਚਾਹੁੰਦੇ ਹੋ ਸਲੈਂਸਰ ਵੀ ਮੰਗਾਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਰੀਅਰ ਕਰਾ ਦਾਂਗੇ ਅਵੇਲੇਬਲ ਯਾਰ ওভার ਇੰਡੀਆ ਜਿਹੜੀ ਅਵੇਲੇਬਲ ਹੈ ਜੀ ਤੇ ਸਭ ਕੁਝ ਤੁਹਾਨੂੰ ਉੱਥੇ ਮਿਲ ਜੂਗਾ ਤੁਸੀਂ ਬਸ ਕੀ ਕਰਨਾ ਪਿਆਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਇਦਾਂ ਹੀ ਤੁਹਾਡਾ ਭਰਾ ਤੁਹਾਡੇ ਲਈ ਵੀਡੀਓਜ਼ ਲੈ ਕੇ ਆਂਦਾ ਰਹੇਗਾ ਕਿਹੜੀ ਕਿਹੜਾ ਪਾਰਟ ਜ਼ਿਆਦਾ ਵਧੀਆ ਲੱਗਾ ਵੀਡੀਓ ਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕੱਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਇਜਾਜ਼ਤ ਲਈਏ ਭਾਜੀ ਅੱਜ ਹਾਂਜੀ ਥੈਂਕ ਯੂ ਸੋ ਮੱਚ ਲਵ ਯੂ অল ਟੇਕ ਕੇਅਰ ਗੁੱਡ ਬਾਏ ਕੱਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ